ਸਲਾਮਤ ਰੱਖੇ ਦੋਸਤੋ। ਪੁਰਾਣੇ ਦੌਰ ਦੀ ਕੋਈ ਗੱਲ ਹੈ ਕਿ ਤ੍ਰੈ ਮੌਲਵੀ ਸੀ ਤੇ ਉਹ ਰਾਤੀ ਬੈਠੇ ਇਕੱਠੇ ਇੱਕ ਜਾਈ ਬੈਠੇ ਵੇ ਤੇ ਪਾਣ ਪਿਆ ਆਖਣ ਸਾਲਾ ਏ ਬਾਦਸ਼ਾਹ ਕਹਿ ਬਾਦਸ਼ਾਹ ਹੈ। ਦੂਏ ਆਖਿਆ ਕੀ ਆ ਬਾਦਸ਼ਾਹ ਹੀ ਪੂਰੀ ਚਲਾਉਣਾ ਪਿਆ ਕਿ ਬਾਦਸ਼ਾਹ ਨਹੀਂ ਚੰਗਾ ਆਖਣਾ ਕਹਿ ਚੰਗਾ ਹੈ। ਹਲਵਾ ਵੀ ਨਹੀਂ ਖਿਲਾਇਆ ਗੁਰੈਸਾਂ ਕੀ ਇਹ ਹਲਵੇ ਨੇ ਬੜੇ ਠੜਕੀ ਹੋਣੇ ਮੌਲਵੀ ਹਜ਼ਰਾਤ। ਉਸ ਆਖਿਆ ਚਲੋ ਯਾਰਾ ਕੋਈ ਅੱਲਾ ਮਿਹਰਬਾਨੀ ਕਰ ਸੀ ਉਹ ਬਾਹਰੂ ਕੋ ਬੰਦਾ ਲੰਘਣਾ ਸਾ ਪਿਆ ਉਹ ਸੁਣੀ ਕਿਦਾ ਤੂੰ ਉਸ ਗੱਛੀ ਤਾਂ ਬਾਦਸ਼ਾਹ ਕੀ ਦੱਸਿਆ ਉਸ ਆਖਿਆ ਉਸ ਲੈ ਬਾਦਸ਼ਾਹ ਕੀ ਬੰਦਾ ਡਾਇਰੈਕਟ ਮਿਲੀ ਕਿੰਨਾ ਸਾ ਹੁਣ ਬਾਦਸ਼ਾਹ ਕੀ ਮਿਲੇ ਹਸਤਾ ਚਮੜੀ ਉਪਰੀ ਲਈ ਗੱਛਣੀ। ਉਸ ਆਖਿਆ ਜੀ ਗੱਲ ਇਹ ਹੈ ਬਾਦਸ਼ਾਹ ਸਲਾਮਾਂ ਤੋਂ ਭਾਈ ਤ੍ਰੈ ਮੌਲਵੀ ਹੈ ਤਾਂ ਉਹ ਬੜੇ ਤੰਗ ਹੈ ਤੁਸਾਂ ਸੂ ਆਖਣ ਲੱਗਾ ਕੀ ਆਖਿਆ ਜੀ ਇਹ ਮਸਲਾ ਉਹ ਆਉਣੇ ਅਸਾਂ ਕੀ ਹਲਵਾ ਨਹੀਂ ਸਿਖਲਾਇਆ। ਉਸ ਆਖਿਆ ਬਲਾ ਹੀ ਹੋਣੋ ਤ੍ਰੈ ਤਰੌਮੀਆਂ ਚੰਗੀਆਂ ਭਰੀ ਤੱਗਾਂ ਰੱਖੀਆਂ ਨੇ ਤ੍ਰਿਆਂ ਨੇ ਇੱਕ ਜਣਾ ਖਾਣਿਓ ਖਾਣਿਓ ਮਰੀ ਗਿਆ ਦੂਆ ਬੇਹੋਸ਼ ਹੋਈ ਗਿਆ ਤੇ ਤ੍ਰੀਆ ਰੋਣ ਲਈ ਪਿਆ। ਉਹ ਜਿਸਲਾ ਆਏ ਤਾਂ ਉਹਨਾਂ ਤੱਕਿਆ ਉਹਨਾਂ ਆਖਿਆ ਜੀ ਬਾਦਸ਼ਾਹ ਕੀ ਦੱਸਿਆ ਨੇ ਇੱਕ ਤਾਂ ਮਰੀ ਗਿਆ ਇੱਕ ਬੇਹੋਸ਼ ਹੈ ਤ੍ਰੀਆ ਰੋਣਾ ਪਿਆ। ਉਹ ਜਿਹੜਾ ਰੋਣਾ ਸਾ ਪਿਆ ਉਸਕੀ ਬਾਦਸ਼ਾਹ ਬੁਲਾਇਆ ਉਸ ਆਖਿਆ ਉਹ ਤੂੰ ਰੋਣਾ ਕੀ ਹੈ ਕੋਈ ਨਹੀਂ ਉਹਨਾਂ ਨੇ ਆਈ ਸੀ ਸਤਰੇ ਤੇ ਦੂਆ ਜਿਹੜਾ ਬਿਮਾਰ ਆ ਉਹ ਵੀ ਠੀਕ ਹੋਈ ਗਿਆ ਸੀ ਆਖਣ ਲਾ ਜੀ ਮਿਕੀ ਉਹਨਾਂ ਨਾਲ ਗਮ ਨਹੀਂ ਮੈਂ ਆਉਣਾ ਇਹ ਜਿਹੜਾ ਬਚੀ ਗਿਆ ਇਹ ਕੁਣ ਖਾਸੀ ਸਰਸੂ ਬਾਦ। ਉਸ ਆਖਿਆ ਉਹ ਕਿਹੜਾ ਪਲੀਤ ਹੋਈ ਗਿਆ ਯਾਰਾ ਕੋਈ ਹੋਰ ਖਾਈ ਕਿਨ ਸੀ ਤੂੰ ਕੀ ਉਹਨਾਂ ਨਾਲ ਕੋਈ ਨਹੀਂ ਸਦਮਾ ਉਹ ਜਿਹੜੇ ਸੰਗੀ ਨਹੀਂ ਇੱਕ ਮਰੀ ਗਿਆ ਤੇ ਇੱਕ ਬੇਹੋਸ਼ ਹੈ ਆਉਣਾ ਜੀ ਉਹ ਆਪਣੀ ਆਈ ਨਾਲ ਮਰੀ ਗਏ ਤੇ ਇੱਕ ਬੇਹੋਸ਼ ਹੋਈ ਗਿਆ ਮੈਂ ਆਉਣਾ ਵਾ ਇਹ ਇਹ ਮਾੜੇ ਸੂ ਬਾਦ ਇਹ ਕੁਣ ਖਾਸੀ ਇਹ ਮੇਵੇ ਪੇ ਵੇ ਖੋਪਾ ਪਿਆ ਆ ਤੇ ਇਹ ਲਾਲਚ ਬੁਰੀ ਬਲਾ ਹੋਣੀ ਇਹ ਬਾਅਦ ਔਕਾਤ ਵਲੀਮਿਆਂ ਜਣੇ ਗਸਣੇ ਤੀ ਆ ਪਤਾ ਲੈਣਾ ਭਾਈ ਇਹ 6 ਮਹੀਨਿਆਂ ਨੇ ਭੁੱਖੇ ਵੇ ਦੌੜੀ ਦੌੜੀ ਪੈਣੇ ਮੋਟੇ ਗੋਸ਼ਤਾਂ ਪਰ ਤੇ ਇਹ ਗਰਮੀ ਨਾ ਮੌਸਮ ਹੈ ਥੋੜ੍ਹਾ ਜਿਹਾ ਪਰਹੇਜ਼ ਕਰਿਆ ਏ ਇਹ ਨਾ ਵੈ ਇਹ ਲੈਣੇ ਕਿ ਦੇਣੇ ਭਰ ਜਾਣ ਨਬਜ਼ਾਂ ਫਿਰ ਚੈੱਕ ਕਰਨ ਲਈ ਪੈਣ ਡਾਕਟਰ ਭਾਈ ਖਾਦ ਆ ਕਹਿ ਜਣੇ ਪਾਕਿਸਤਾਨ ਜ਼ਿੰਦਾਬਾਦ।